ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਸਾਹਿਬ ਦੇ ਚਰਨਾਂ ਪਾਸ ਅਰਦਾਸ ਬੇਨਤੀ ਕੀਤੀ ਹੈ ਕਿ ਗੁਰੂ ਸਾਹਿਬ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਸਮਰਥਾ ਸਮੱਤ ਸੋਝੀ ਬਖਸ਼ਿਸ਼ ਕਰਨ, ਜੋ ਪਰਿਵਾਰ ਵੱਲੋਂ ਸੇਵਾਵਾਂ ਭੇਜੀਆਂ ਗਈਆਂ ਹਨ, ਗੁਰਦੁਆਰਾ ਕਲਗੀਧਰ ਸਾਹਿਬ ਲਈ, ਗੁਰਦੁਆਰਾ ਬੇਗਮਪੁਰਾ ਸਾਹਿਬ ਲਈ, ਗੁਰਦੁਆਰਾ ਬਨੂੜ ਸਾਹਿਬ ਲਈ ਸੇਵਾ ਭੇਜੀਆਂ ਗਈਆਂ ਹਨ। ਸੋ ਇਹ ਸੇਵਾਵਾਂ ਪਰਿਵਾਰ ਵੱਲੋਂ ਕੀਤੀਆਂ ਗਈਆਂ ਹਨ। ਸੋ ਹੁਣ ਬਾਬਾ ਜੀ ਜੋ ਪਹੁੰਚੇ ਹਨ, ਬਾਬਾ ਗੁਰਦੇਵ ਸਿੰਘ ਜੀ ਸੋਮਾਸਰ ਵਾਲੇ ਬਨੂੜ ਸਾਹਿਬ ਵਾਲੇ, ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਬਾਬਾ ਗੁਰਦੇਵ ਸਿੰਘ ਜੀ ਬਨੂੜ ਸਾਹਿਬ ਵਾਲੇ ਜੀ, ਜੁਗ ਜੁਗ ਟਲ ਅਰਸ਼ਾਂ ਤੇ ਫਰਸ਼ਾਂ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਇੱਕ ਵਿਛੜੀ ਹੋਈ ਆਤਮਾ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਦਾਸਾਂ ਦੀ ਤੇ ਆਪਣੀ ਲਵਾਵੋ ਹਾਜ਼ਰੀ, ਮੁੱਖ ਕਰੋ ਪਵਿੱਤਰ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਟਲ ਸੱਚਾਈ ਹੈ, ਕਹਿੰਦੇ ਕਿ ਬਾਹਰ ਦੇ ਕੀਤੇ ਹੋਏ ਪਾਪ ਗੰਗਾ ਉੱਤੇ ਉਤਰ ਜਾਂਦੇ ਨੇ, ਪਰ ਗੰਗਾ ਦੇ ਉੱਤੇ ਕੀਤੇ ਹੋਏ ਪਾਪ ਇਹ ਕਿਤੇ ਨਹੀਂ ਉਤਰਦੇ। ਮੈਂ ਗੁਰੂ ਕੀ ਹਜ਼ੂਰੀ 'ਚ ਖੜ ਕੇ ਕਹਿੰਦਾ, ਸੰਗਤ ਦਾ ਹੁਕਮ ਮੰਨਣਾ ਪੈਂਦਾ, ਪਰ ਜਦੋਂ ਐਸਾ ਕੋਈ ਜੀਵ ਜਾਂਦਾ ਹੈ, ਮਨ ਤੇ ਸੱਟ ਗਹਿਰੀ ਵੱਜਦੀ ਹੈ। ਕਹਿੰਦੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਵੇਲੇ ਇੱਕ ਭਗਤ ਹੋਇਆ, ਉਹਦਾ ਨਾਂ ਸੀ ਛੱਜੂ ਭਗਤ। ਛੱਜੂ ਭਗਤ ਦਾ ਮੜੀਆਂ ਵਾਲੇ ਪਾਸੇ ਘਰ ਸੀ, ਮੜੀਆਂ ਵਾਲੇ ਰਾਹ ਤੇ ਉਹਦਾ ਘਰ ਸੀ। ਜਦੋਂ ਕੋਈ ਪ੍ਰਾਣੀ ਪਿੰਡ ਦਾ ਚੜ੍ਹਾਈ ਕਰ ਜਾ ਕਰੇ ਤੇ ਛੱਜੂ ਭਗਤ ਆਪਣੇ ਪੈਰਾਂ ਨਾਲ ਘੁੰਗਰੂ ਬੰਨ੍ਹ ਕੇ ਤੇ ਉਸ ਅਰਥੀ ਦੇ ਅੱਗੇ ਅੱਗੇ ਨੱਚਦਾ ਜਾਇਆ ਕਰੇ ਮੜੀਆਂ ਤੱਕ। ਉਹਦਾ ਨੱਚਣ ਐਸਾ ਹੋਇਆ ਕਰੇ ਕਿ ਉਹ ਸਾਰੀ ਸੰਗਤ ਨੂੰ ਖਿੱਚ ਕੇ ਤੇ ਰੱਬ ਨਾਲ ਜੋੜ ਲਿਆ ਕਰੇ। ਇਸ ਤਰ੍ਹਾਂ ਦਾ ਭਾਣਾ ਵਾਪਰਦਾ ਰਿਹਾ, ਖੇਡ ਚੱਲਦੀ ਰਹੀ। ਕੁਝ ਸਮਾਂ ਬੀਤਿਆ ਕਿ ਛੱਜੂ ਦਾ ਆਪਣਾ ਮੁੰਡਾ ਚੜ੍ਹਾਈ ਕਰ ਗਿਆ। ਜਦੋਂ ਛੱਜੂ ਦਾ ਮੁੰਡਾ ਆਪਣਾ ਚੜ੍ਹਾਈ ਕਰ ਗਿਆ ਤੇ ਸਾਰੇ ਪਿੰਡ ਦੀਆਂ ਨਿਗਾਹਾਂ ਛੱਜੂ ਤੇ ਹੋ ਗਈਆਂ ਵੀ ਅੱਜ ਛੱਜੂ ਕੀ ਕਰੇਗਾ। ਜਦੋਂ ਛੱਜੂ ਖੁਦ ਉਹਨੇ ਉਹੀ ਸਾਰਾ, ਫਿਰ ਉਹਦੇ ਲਈ ਉਹ ਸਵਾਂਗ ਬਣ ਗਿਆ। ਉਹਨੇ ਉਹ ਸਵਾਂਗ ਰਚਿਆ, ਘੁੰਗਰੂ ਬੰਨੇ ਤੇ ਆਪਣੇ ਬੱਚੇ ਦੀ ਅਰਥੀ ਦੇ ਅੱਗੇ ਜਦੋਂ ਨੱਚਦਾ ਜਾਵੇ ਨਾ, ਸਾਰੇ ਨਗਰ ਨੇ ਵੇਖਿਆ ਵੀ ਇਹਦੇ ਨੱਚਣ 'ਚ ਫਰਕ ਹੈ, ਅੱਜ ਤੋਂ ਨੱਚਿਆ ਨਹੀਂ ਗਿਆ। ਜਦੋਂ ਉਹਦੀਆਂ ਸਾਰੀਆਂ ਕਿਰਿਆਵਾਂ ਹੋਈਆਂ ਤਾਂ ਉਹਨੂੰ ਪੁੱਛਿਆ ਗਿਆ ਵੀ ਛੱਜੂ ਜੀ ਅੱਜ ਤੁਹਾਡੇ ਨੱਚਣ ਵਿੱਚ ਫਰਕ ਸੀ। ਕਹਿੰਦਾ ਜੀ ਸੱਚੀ ਗੱਲ ਹੈ, ਮੈਂ ਮੋਹ ਦਾ ਇੰਨਾ ਵੱਧਾ ਹੋਇਆ ਸੀ ਕਿ ਮੈਂ ਅੱਜ ਅੰਦਰੋਂ ਨਹੀਂ ਨੱਚਿਆ, ਮੇਰਾ ਬਦਨ ਹੀ ਨੱਚਿਆ ਸੀ। ਜਿੱਥੇ ਗ੍ਰਿਸ਼ਤੀ ਲੋਕ ਧੀਆਂ ਪੁੱਤਰਾਂ ਸੰਤਾਨ ਹੋਇਆ ਕਰਦੇ ਨੇ, ਉੱਥੇ ਸਾਧੂਆਂ ਦੇ ਵੀ ਚੇਲੇ ਹੋਇਆ ਕਰਦੇ। ਕਿਉਂਕਿ ਜੇ ਅਸੀਂ ਬਚਪਨ ਤੋਂ 4.5 ਸਾਲ ਦੇ ਨੇ ਇਹ ਮਾਰਗ ਦਾ ਪੰਧੀ ਬਣਿਆ, ਪਰ ਮੈਂ ਕਿਸੇ ਸਾਧੂ ਦਾ ਚੇਲਾ ਬਣ ਕੇ ਆਇਆ ਨਾ। ਇਸ ਨਗਰ ਦੇ ਵਿੱਚੋਂ ਕਾਰ ਸੇਵਾ ਦੀ ਮਾਲਾ ਦਾ ਮਣਕਾ ਇੱਕ ਬੱਚਾ ਮੈਨੂੰ 4.5 ਸਾਲਾਂ ਦਾ ਦਿੱਤਾ ਗਿਆ ਸੀ ਗੁਰਦੁਆਰਾ ਸੋਮਾਸਰ ਸਾਹਿਬ। ਉਹਦਾ ਨਾਂ ਸੀ ਕਾਕਾ ਸਤਨਾਮ ਸਿੰਘ ਜੀ ਸੱਤਾ। ਤੇ ਚਲੋ ਜੋ ਭਾਣਾ ਵਾਪਰਿਆ, ਮੈਂ ਫਿਰ ਉਹਨੂੰ ਕਾਰ ਸੇਵਾ ਦੀ ਮਾਲਾ ਦਾ ਮਣਕਾ ਜਾਣ ਕੇ ਪ੍ਰਵਾਨ ਕੀਤਾ। ਮੇਰੇ ਮਨ ਦਾ ਸੁਪਨਾ ਸੀ ਕਿ ਕਾਰ ਸੇਵਾ ਦੀ ਸਿੰਪਰਤਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਬੱਚੇ ਆਉਂਦੇ ਨੇ, ਬੱਚੇ ਨੂੰ ਚੰਗਾ ਪੜ੍ਹਾਇਆ ਲਿਖਾਇਆ। ਉਹ 10ਵੀਂ 'ਚ ਹੋ ਗਿਆ ਸੀ ਤੇ 15 ਸਾਲ ਉਹਨੇ ਉਮਰ ਹੋ ਗਈ ਸੀ ਉਹਦੀ। ਉਹਨੂੰ ਨਾ ਮੁਰਾਦ ਬਿਮਾਰੀ ਨੇ ਘੇਰ ਲਿਆ, ਕੈਂਸਰ ਨੇ ਘੇਰ ਲਿਆ। ਤੇ 10 ਸਾਲ ਜਦੋਂ 7-8 ਸਾਲ 10 ਸਾਲ ਸੋਮਾਸਰ ਸਾਹਿਬ ਉਹਨੇ ਆਪਣਾ ਜੀਵਨ ਗੁਜ਼ਾਰਿਆ ਤੇ 10 ਸਾਲਾਂ ਬਾਅਦ ਗੁਰੂ ਦਾ ਭਾਣਾ ਵਾਪਰ ਗਿਆ। ਉਹ ਬੱਚਾ ਪਰਮੇਸ਼ਰ ਨੂੰ ਪਿਆਰਾ ਹੋ ਗਿਆ।
इस नगर की सेवा दे रूप नाल मैं अक्सर मेरा इस नगर के चरणों ते सिर चुकता है, क्योंकि जिथे गृहस्थी बच्चे का चला जाना परिवार चो, उत्थे एक साधुआं दे रूप च चेला दिता होया भी इस नगर का गुरु के चरणों से जा चुका है। इस करके जो मैनू सद्दा बुलावा इस नगर तो आउंदा है, ते क्योंकि दुनियादारी दे विच रीत ते रिवाज होया करदे ने, पर गुरु नानक दे घर विच रहत ते मर्यादा होया करदी है। जिथे रीत ते रिवाज न, उत्थे रहत ते मर्यादा नाल भी यह नगर मेरे नाल बहुत प्यार करदा है। हुक्म हो जाता है कि बाबा जी तुसी हाजरी भरे हो, पर सच जाने हो ना मेरी दुनियादारी ते ना मेरी रिश्तेदारी है, मेरी तो गुरु नानक दे घर दी सेवादारी है। सेवादारी के रूप नाल गुरद्वारा सोमा सर साहब ASI परमिंदर सिंह जी इन्हां दा बेटा गग्गू उत्थे सेवा करन वास्ते मैं 3 महीनों दी उन्हूं सेवा पाती। जदों उन्हें 3 महीने मैं कहा भी पुत्रा सेवा इत्थे रह के करनी, कहिंदा जी 7 बचना। तो मेरा मतलब यह सी भी जिहड़े बच्चे इहदे नाल जुड़े होणगे उह सारे बच्चे फिर गुरु घर नाल जुड़नगे। फिर उत्थे गग्गू जी 3 महीने सेवा करदिआं करदिआं जदों मैं इस बच्चे की फोटो वेखी तो आप मुहारे मेरे मन में ख्याल आया भी ये बच्चा तो मैं सोमासर साहब सेवा करता देखा। तो सो देखो बच्चा जॉब भी करता सी, जॉब करद्या सोचा भी तरक्की करिए, किसी अगली फैक्ट्री काम करने वास्ते होर कि अपनी एप्लीकेशन देिए, मैं इदों तरक्की करा। फिर इतने गुरबाणी की पंक्ति लागू होंगी कि नर चाहत किछ और की और पई, मनुख कुछ होर चाहता है पर हुंदा ओ है जो मालक नू पाउंदा है। सो मैं बेनती करांगा, ठीक है रागी सिंह ने कीर्तन द्वारा बहुत सोहना समझाना कीता, शिक्षावां दित्तियां ने, पर यह भी गुरबाणी दा ही फैसला है। महाराज कहिंदे जिस तन लगियां सो तन जाने, कौन जाने पीड़ पराई। ये भी तो फिर बाणी का ही फैसला है ना, ये जिस तन ते लगियां ना उही तन जानता है। आओ मन बिरतियां नू एकागर करिए, औखा बहुत है सच्ची गल है। कहिंदे दुनियावी तौर ते मनुख बड़ी वारी भार चकदा ते बड़ी वारी रखदा है, पर भार तां उदां उदन पुछ पिता नू जानीए जिस दिन पुत्र दी अर्थी नू पिता मोढा दिंदा है। ये तो फिर उस पिता नू पुछ जानीए भी किन्ना क भार सी। सो गुरु कृपा करे, सतगुर रहमत करे, उहदी रजा ते भाणे नू मनदे होए आओ मैं बेनती करांगा, मन बिरतियां नू एकागर कर लईए, सचखंड श्री हजूर साहब की हाजरी प्रवान हो जाएगी। महापुरख बाबा नरेंद्र सिंह ते बलविंदर सिंह कनियों भी जान के दास की हाजरी प्रवान करियो। आओ 2-3 मिनट वास्ते करियो कृपा, सिमरन रूपी लवावो हाजरी जी। सतनाम माहे गुरु, सतनाम माहे गुरु, करो कृपा सारी संगत। सतनाम माहे गुरु, सात नाम वाहे गुरु, करो कृपा समुची संगत वाहे गुरु। सात नाम वाहे गुरु, सात नाम वाहे गुरु, सात नाम माहे गुरु, सात नाम माहे गुरु, सात नाम माहे गुरु, सात नाम वाहे गुरु।
नाम माहे गुरु सत नाम वाहे गुरु। सो मैं बेनती करांगा जे कष्ट ते दिता है जे गल असी करदे आ ना वी भाणे दी गुरु दी रजा तो बिना पत्ता भी नहीं हिलदा फिर भी जे कष्ट दिता होया जे एक भाणा वापरिया गुरु दी रजा है ते जे हुण हौसला भी दिता जाएगा ते ए भी गुरु दी कृपा तो बिना नहीं दिता जाना। हौसला भी जे देना है ते तां भी गुरु साहब ने बख्शिश करना है। गुरु साहब कृपा करन काका मनराज सिंह जी नूं अपने चरणा च निवास बख्शिश करन ते पिछे परिवार नूं भाणा मन्नण दा बल बख्शिश करन सतगुर रहमत करन। इस नगर कन्नियों मैं किहदा नां लै के कद वड्डा करां ते किहदा नां ना लै के कद छोटा करां। मेरे लिए समुचा नगर बहुत ही सत्कारयोग है। सरपंच साहब अमरीक सिंह जी, इंद्र सिंह जी, फौजी साहब ते टहल सिंह जी मेरे अति सत्कारयोग जिहड़े मैनू मापिआं वर्गा प्यार दिंदे ने, बहुत प्यार सत्कार दिंदे ने। किसे दे जान पहचान दे मथाज भी नहीं, मास्टर बलदेव सिंह जी सिमरू ते उन्हां दे जीवन साथी मैनू बच्चिआं वांगू प्यार दिंदे रहिंदे ने। सो समुचे नगर का बहुत बहुत धन्नवाद। गुरु पातशाह कृपा करन, सतगुर रहमत करन, तरस करदे होए रहमत करदे होए इस परिवार नूं हौसला देन। ये जखम ते मलम भी जे ला सकदे ते पातशाह ला सकदे, सतगुर कृपा करन। सच जाणिओ जिहड़ा मनों अंदर आत्मा मनदी नहीं हुंदी, क्योंकि स्टेज ते संगत प्यार रूपी हाजरी बख्शदी है ते फिर भी मन नूं दिलासा दे दिंदा है। जिथे कि दुनियादारी दे लोक पीड़ित हुंदे ने उत्थे साधु जन भी पीड़ित हुंदे ने, क्योंकि इस नगर दीयां भावनावां दे रूप नाल सेवा दे रूप नाल मैनूं बहुत प्यार बख्शिश कीता। कोई बच्चियां दा दान कर सकदा पर इस नगर ने मैनूं बच्चा भी दान कीता सी, पर भाणा जो गुरु दा हुक्म है। बच्चा तां लिया सी, संस्था च वधेगा फुलेगा तरक्कियां करेगा एजुकेटड होएगा पढ़े लिखेगा, पर उहदा लेखा जोखा जिवें दिन मैनूं भी देना पैना सी। उहदे भी कोई 5-4 लख दा लेखा जोखा दित्ता लिया ते जो गुरु दा भाणा सी उह वापरिया। सो लवावो हाजरी, मुख करो पवित्र, गज वज के आखो जी वाहिगुरु जी का खालसा वाहिगुरु जी की फतेह। परमिंदर सिंह कहिंदे भी बेनती कर दिओ, दोनों हाथ जोड़ के बड़े आदर ते सत्कार सहित इत्थों स्टेज तो ही बेनती कर दिओ कि सानू अगे होके हाथ जोड़ के खड़ के संगत नू बेनती ना करनी पवे। जितनी भी संगत नू लोड़ अनुसार है गुरु का लंगर पानी परिवार कन्नियों तैयार किया गया होया, गुरु नानक साहब का लंगर दिता होया, समुची संगत ने छक के जान की कृपालता करनी जी। सो लवावो हाजरी ते आखो जी वाहिगुरु जी का खालसा वाहिगुरु जी की फतेह। हुण देग वरतेगी मेरा ख्याल 2 मिनट बाहरों लैने जाते। सो गेट का जिहड़ा इत्थों की मर्यादा है वह संगत ने उठ के जाना है, जाते हुए सज्जे खब्बे देग दिती जानी है गेट तो वह लैके जाने की कृपालता करो जी। वाहिगुरु जी का खालसा वाहिगुरु जी की फतेह।